ਸੋ ਬੜੀਆਂ ਵਧੀਆ ਮੀਟਿੰਗਸ ਰਹੀਆਂ ਨੇ ਔਰ ਇਹ ਮਿਹਨਤ ਕਰਨੀ ਪਊਗੀ। ਮੁੱਖ ਮੰਤਰੀ ਘਰ ਆਪਣੇ ਘਰ ਦਾ ਕੁੰਡਾ ਲਾ ਕੇ ਨਹੀਂ ਬੈਠ ਸਕਦਾ। ਜੇ 3.5 ਕਰੋੜ ਲੋਕਾਂ ਨੇ ਯਕੀਨ ਜਾਂ ਵਿਸ਼ਵਾਸ ਜਾਂ ਉਮੀਦ ਜਿਤਾਈ ਹੈ ਤਾਂ ਉਹਨਾਂ ਉਮੀਦਾਂ 'ਤੇ ਪੂਰਾ ਉਤਰਨ ਲਈ ਹੋਰ ਜ਼ਿਆਦਾ ਮਿਹਨਤ ਕਰਨੀ ਪਊਗੀ। ਅੱਜ ਮੈਂ ਨੌਕਰੀਆਂ ਵੀ ਦੇ ਕੇ ਆਇਆ 461, 450 ਹੈੱਡ ਕਾਂਸਟੇਬਲ ਅਤੇ 11 ਦੂਸਰੇ ਡਿਪਾਰਟਮੈਂਟ ਦੇ, ਅਤੇ ਆ ਕੇ ਮੈਂ ਇੱਥੇ ਮੀਟਿੰਗਾਂ ਵੀ ਕੀਤੀਆਂ ਜਾ ਕੇ ਫਿਰ ਪੰਜਾਬ ਦੇ ਭਲੇ ਲਈ ਜੋ ਵੀ ਸਰਕਾਰ ਦੀਆਂ ਪਲੈਨਿੰਗਾਂ ਜੇ ਸਰਕਾਰ ਵੱਲੋਂ ਨੀਤੀਆਂ ਬਣਨਗੀਆਂ ਉਹ ਪੰਜਾਬੀਆਂ ਦੇ ਹੱਕ 'ਚ ਬਣਨਗੀਆਂ। ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ, ਲੋਕ ਉੱਧਰੋਂ ਇੱਧਰ ਨੂੰ ਆਉਣਾ ਚਾਲੂ ਹੋ ਗਏ। ਜਦੋਂ ਮੈਂ ਇਹ ਗੱਲ ਕਹੀ ਸੀ ਉਦੋਂ ਮਜ਼ਾਕ ਕਰਦੇ ਸੀ, ਪਰ ਹੁਣ ਜਦੋਂ ਆਉਣ ਲੱਗ ਗਏ ਤਾਂ ਹੁਣ ਕਹਿੰਦੇ ਹਾਂ ਚਲੋ ਠੀਕ ਆ ਆ ਗਏ, ਹੁਣੇ ਉੱਥੇ ਤੰਗ ਹੋ ਗਏ। ਮਤਲਬ ਪੰਜਾਬ ਗਵਰਨਮੈਂਟ ਦੀਆਂ ਕੋਸ਼ਿਸ਼ਾਂ ਨੂੰ ਵਿਰੋਧੀ ਧਿਰ ਵਾਲੇ ਐਪਰੀਸ਼ੀਏਟ ਨਹੀਂ ਕਰਦੇ, ਉਹਨਾਂ ਮੁਲਕਾਂ ਨੂੰ ਭਾਂਡਦੇ, ਕਹਿੰਦੇ ਉੱਥੇ ਤੰਗ ਹੋ ਗਏ ਹੁਣੇ ਤਾਂ ਆ ਗਏ ਹੁਣੇ। ਬਹੁਤ ਸਾਰੇ ਹਰ ਰੋਜ਼ ਮੇਰੇ ਕੋਲ ਫੋਨ ਆਉਂਦੇ ਨੇ ਕਿ ਅਸੀਂ ਪੰਜਾਬ ਆ ਕੇ ਆਪਣੀ ਵਤਨ ਆਪਣੇ ਪੁਰਖਿਆਂ ਦੀ ਧਰਤੀ 'ਤੇ ਆ ਕੇ ਅਸੀਂ ਕੰਮਕਾਰ ਕਰਨਾ ਚਾਹੁੰਦੇ ਹਾਂ। ਹੁਣ ਸਾਨੂੰ ਵਿਸ਼ਵਾਸ ਹੋ ਗਿਆ ਪੰਜਾਬ ਗੌਰਮੈਂਟ 'ਚ, ਇਮਾਨਦਾਰ ਗੌਰਮੈਂਟ ਹੈ, ਪਾਰਦਰਸ਼ਤਾ ਗੌਰਮੈਂਟ ਦੇ ਵਿੱਚ ਹੈਗੀ ਹੈ। ਅਤੇ ਸਾਡੇ ਕਈ ਦੋਸਤਾਂ ਨੇ ਪਹਿਲਾਂ ਜਾ ਕੇ ਉੱਥੇ ਬਿਜ਼ਨਸ ਸੈੱਟ ਕਰ ਲਏ, ਮੈਂ ਕਿਹਾ ਤੁਸੀਂ ਆਓ ਵੈਲਕਮ, ਕੋਈ ਪੈਸਾ ਨਹੀਂ ਲੱਗੇਗਾ, ਕੋਈ ਤੁਹਾਨੂੰ NOC-ਆਂ ਜਾਂ ਕੋਈ ਦਫ਼ਤਰਾਂ 'ਚ ਧੱਕੇ ਖਾਣ ਦੀ ਲੋੜ ਨਹੀਂ ਪੈਣੀ। ਇਸੇ ਗੱਲ ਤੋਂ ਪ੍ਰਭਾਵਿਤ ਸਾਰੇ ਐਂਬੈਸਡਰ ਵੀ ਸੀ ਕਿ ਅਸੀਂ ਸੁਣਿਆ, ਕਿਉਂਕਿ ਸਾਰੇ ਅਪਡੇਟ ਰਹਿੰਦੇ ਨੇ, ਅਸੀਂ ਸੁਣਿਆ ਤੁਸੀਂ ਜਿਹੜੇ ਅਸਟਾਮ ਪੇਪਰਾਂ ਦੀ ਕਲਰ ਕੋਡਿੰਗ ਕਰਤੀ, 14-15 ਦਿਨ ਤੋਂ ਬਾਅਦ ਲੱਗਦੇ ਨਹੀਂ ਸਾਰੀਆਂ NOC-ਆਂ ਲੈ ਕੇ ਤੁਸੀਂ ਆਪਣੀ ਫੈਕਟਰੀ ਸ਼ੁਰੂਆਤ ਕਰ ਸਕਦੇ ਹੋ। ਅਤੇ ਮੈਨੂੰ ਵੀ ਬੜੀ ਖੁਸ਼ੀ ਹੋਈ ਕਿ ਉਹ ਜਦੋਂ ਮੇਰੇ ਕੋਲ ਆਏ ਸੀ ਤਾਂ ਹੋਮਵਰਕ ਕਰਕੇ ਆਏ ਸੀ, ਉਹ ਕਹਿੰਦੇ ਸੀ ਨੌਰਥ ਇੰਡੀਆ 'ਚ ਜਦੋਂ ਅਸੀਂ ਜਦੋਂ ਵੀ ਅਸੀਂ ਆਉਣਾ ਤਾਂ ਪੰਜਾਬ ਆਉਣਾ। ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਦੌਰਾਨ ਪੰਜਾਬ ਦੀ ਜਿਹੜੀ ਬਾਗਡੋਰ ਹੈ ਉਹ ਆਮ ਆਦਮੀ ਪਾਰਟੀ ਦੇ ਹੱਥ 'ਚ ਹੈ, ਆਮ ਲੋਕਾਂ ਦੇ ਹੱਥ 'ਚ ਹੈ। ਸੋ ਬੜੀਆਂ ਵਧੀਆ ਮੀਟਿੰਗਸ ਰਹੀਆਂ ਨੇ ਔਰ ਇਹ ਮਿਹਨਤ ਕਰਨੀ ਪਊਗੀ। ਮੁੱਖ ਮੰਤਰੀ ਘਰ ਆਪਣੇ ਘਰ ਦਾ ਕੁੰਡਾ ਲਾ ਕੇ ਨਹੀਂ ਬੈਠ ਸਕਦਾ। ਜੇ 3.5 ਕਰੋੜ ਲੋਕਾਂ ਨੇ ਯਕੀਨ ਜਾਂ ਵਿਸ਼ਵਾਸ ਜਾਂ ਉਮੀਦ ਜਿਤਾਈ ਹੈ ਤਾਂ ਉਹਨਾਂ ਉਮੀਦਾਂ 'ਤੇ ਪੂਰਾ ਉਤਰਨ ਲਈ ਹੋਰ ਜ਼ਿਆਦਾ ਮਿਹਨਤ ਕਰਨੀ ਪਊਗੀ। ਅੱਜ ਮੈਂ ਨੌਕਰੀਆਂ ਵੀ ਦੇ ਕੇ ਆਇਆ 461, 450 ਹੈੱਡ ਕਾਂਸਟੇਬਲ ਅਤੇ 11 ਦੂਸਰੇ ਡਿਪਾਰਟਮੈਂਟ ਦੇ, ਅਤੇ ਆ ਕੇ ਮੈਂ ਇੱਥੇ ਮੀਟਿੰਗਾਂ ਵੀ ਕੀਤੀਆਂ ਜਾ ਕੇ ਫਿਰ ਪੰਜਾਬ ਦੇ ਭਲੇ ਲਈ ਜੋ ਵੀ ਸਰਕਾਰ ਦੀਆਂ ਪਲੈਨਿੰਗਾਂ ਜੇ ਸਰਕਾਰ ਵੱਲੋਂ ਨੀਤੀਆਂ ਬਣਨਗੀਆਂ ਉਹ ਪੰਜਾਬੀਆਂ ਦੇ ਹੱਕ 'ਚ ਬਣਨਗੀਆਂ। ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ, ਲੋਕ ਉੱਧਰੋਂ ਇੱਧਰ ਨੂੰ ਆਉਣਾ ਚਾਲੂ ਹੋ ਗਏ। ਜਦੋਂ ਮੈਂ ਇਹ ਗੱਲ ਕਹੀ ਸੀ ਉਦੋਂ ਮਜ਼ਾਕ ਕਰਦੇ ਸੀ, ਪਰ ਹੁਣ ਜਦੋਂ ਆਉਣ ਲੱਗ ਗਏ ਤਾਂ ਹੁਣ ਕਹਿੰਦੇ ਹਾਂ ਚਲੋ ਠੀਕ ਆ ਆ ਗਏ, ਹੁਣੇ ਉੱਥੇ ਤੰਗ ਹੋ ਗਏ। ਮਤਲਬ ਪੰਜਾਬ ਗਵਰਨਮੈਂਟ ਦੀਆਂ ਕੋਸ਼ਿਸ਼ਾਂ ਨੂੰ ਵਿਰੋਧੀ ਧਿਰ ਵਾਲੇ ਐਪਰੀਸ਼ੀਏਟ ਨਹੀਂ ਕਰਦੇ, ਉਹਨਾਂ ਮੁਲਕਾਂ ਨੂੰ ਭਾਂਡਦੇ, ਕਹਿੰਦੇ ਉੱਥੇ ਤੰਗ ਹੋ ਗਏ ਹੁਣੇ ਤਾਂ ਆ ਗਏ ਹੁਣੇ। ਬਹੁਤ ਸਾਰੇ ਹਰ ਰੋਜ਼ ਮੇਰੇ ਕੋਲ ਫੋਨ ਆਉਂਦੇ ਨੇ ਕਿ ਅਸੀਂ ਪੰਜਾਬ ਆ ਕੇ ਆਪਣੀ ਵਤਨ ਆਪਣੇ ਪੁਰਖਿਆਂ ਦੀ ਧਰਤੀ 'ਤੇ ਆ ਕੇ ਅਸੀਂ ਕੰਮਕਾਰ ਕਰਨਾ ਚਾਹੁੰਦੇ ਹਾਂ। ਹੁਣ ਸਾਨੂੰ ਵਿਸ਼ਵਾਸ ਹੋ ਗਿਆ ਪੰਜਾਬ ਗੌਰਮੈਂਟ 'ਚ, ਇਮਾਨਦਾਰ ਗੌਰਮੈਂਟ ਹੈ, ਪਾਰਦਰਸ਼ਤਾ ਗੌਰਮੈਂਟ ਦੇ ਵਿੱਚ ਹੈਗੀ ਹੈ। ਅਤੇ ਸਾਡੇ ਕਈ ਦੋਸਤਾਂ ਨੇ ਪਹਿਲਾਂ ਜਾ ਕੇ ਉੱਥੇ ਬਿਜ਼ਨਸ ਸੈੱਟ ਕਰ ਲਏ, ਮੈਂ ਕਿਹਾ ਤੁਸੀਂ ਆਓ ਵੈਲਕਮ, ਕੋਈ ਪੈਸਾ ਨਹੀਂ ਲੱਗੇਗਾ, ਕੋਈ ਤੁਹਾਨੂੰ NOC-ਆਂ ਜਾਂ ਕੋਈ ਦਫ਼ਤਰਾਂ 'ਚ ਧੱਕੇ ਖਾਣ ਦੀ ਲੋੜ ਨਹੀਂ ਪੈਣੀ। ਇਸੇ ਗੱਲ ਤੋਂ ਪ੍ਰਭਾਵਿਤ ਸਾਰੇ ਐਂਬੈਸਡਰ ਵੀ ਸੀ ਕਿ ਅਸੀਂ ਸੁਣਿਆ, ਕਿਉਂਕਿ ਸਾਰੇ ਅਪਡੇਟ ਰਹਿੰਦੇ ਨੇ, ਅਸੀਂ ਸੁਣਿਆ ਤੁਸੀਂ ਜਿਹੜੇ ਅਸਟਾਮ ਪੇਪਰਾਂ ਦੀ ਕਲਰ ਕੋਡਿੰਗ ਕਰਤੀ, 14-15 ਦਿਨ ਤੋਂ ਬਾਅਦ ਲੱਗਦੇ ਨਹੀਂ ਸਾਰੀਆਂ NOC-ਆਂ ਲੈ ਕੇ ਤੁਸੀਂ ਆਪਣੀ ਫੈਕਟਰੀ ਸ਼ੁਰੂਆਤ ਕਰ ਸਕਦੇ ਹੋ। ਅਤੇ ਮੈਨੂੰ ਵੀ ਬੜੀ ਖੁਸ਼ੀ ਹੋਈ ਕਿ ਉਹ ਜਦੋਂ ਮੇਰੇ ਕੋਲ ਆਏ ਸੀ ਤਾਂ ਹੋਮਵਰਕ ਕਰਕੇ ਆਏ ਸੀ, ਉਹ ਕਹਿੰਦੇ ਸੀ ਨੌਰਥ ਇੰਡੀਆ 'ਚ ਜਦੋਂ ਅਸੀਂ ਜਦੋਂ ਵੀ ਅਸੀਂ ਆਉਣਾ ਤਾਂ ਪੰਜਾਬ ਆਉਣਾ। ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਦੌਰਾਨ ਪੰਜਾਬ ਦੀ ਜਿਹੜੀ ਬਾਗਡੋਰ ਹੈ
ਉਹ ਆਮ ਆਦਮੀ ਪਾਰਟੀ ਦੇ ਹੱਥ 'ਚ ਹੈ, ਆਮ ਲੋਕਾਂ ਦੇ ਹੱਥ 'ਚ ਹੈ।